ਮੁੱਖਾ ਥਾਣਾ ਜੀਆਰਪੀਐਸ ਸੰਗਰੂਰ। ਥੋੜਾ ਜਿਹਾ ਸਰ ਜੀ, ਕੀ ਤੁਸੀਂ ਬਰਾਮਦ ਕੀਤਾ ਹੈਗਾ, ਕਿੰਨੇ ਬੰਦੇ ਅਰੈਸਟ ਕੀਤੇ? ਜਿਹੜਾ ਰਾਤ ਚਹਿ ਚੱਲ ਰਹੀ ਸੀਗੀ, ਐਸ ਸੀ ਕੁਲਦੀਪ ਸਿੰਘ ਅਤੇ ਪੁਲਿਸ ਪਾਰਟੀ ਜੋ ਬਾਹਰ ਫਾਟਕ ਵੱਲ ਨੂੰ ਜਾ ਰਹੇ ਸੀਗੇ, ਤਾਂ ਅੱਗੇ ਦੇਖਿਆ ਮੂਹਰੇ ਇੱਕ ਮੋਟਰਸਾਈਕਲ 'ਤੇ ਸਵਾਰ ਨੌ ਨਹੀਂ ਉਸ ਟਾਈਮ ਕਲੀਅਰ ਹੋ ਸਕਿਆ, ਘੁੰਮੋ ਕਦੇ ਭੱਜ ਗਿਆ। ਉਹਦੇ ਮੋਟਰਸਾਈਕਲ ਸਾਈਡਾਂ 'ਤੇ ਉਹਨੇ ਵੀ ਗੱਟੇ ਲੁਕਾਏ ਹੋਏ ਸੀਗੇ, ਵਜਨਦਾਰ ਚਿੱਟੇ ਰੰਗ ਦੇ, ਇੱਕ ਗੱਟਾ ਅੱਗੇ ਰੱਖਿਆ ਸੀਗਾ। ਜਦੋਂ ਉਹ ਭੱਜਣ ਦੇ ਕਾਬਜ ਹੋ ਗਿਆ, ਉੱਥੇ ਬਾਅਦ ਦੇ ਚਟਕੀ ਅਤੇ ਗੱਟੇ ਚੱਕੀ ਅਤੇ ਉਹਦੇ ਵਿੱਚੋਂ ਜਿਹੜੇ ਚੈਨਲ ਡੋਰ ਹੁੰਦੇ ਆ ਜਿਵੇਂ ਸਥੈਟਿਕ ਡੋਰ, ਵੀ ਜਿਹੜੇ ਅੱਜ ਕੱਲ੍ਹ ਜਿਹੜੇ ਮਿਹਾਸ ਕਿੰਨੇ ਹੋ ਸਕੇ ਨੇ, ਡੇਲੀ ਸੁਣਦਾ ਆਪਾਂ ਖਬਰਾਂ ਵੀ ਕਿੰਨੇ ਬੱਚਿਆਂ ਦੇ ਜ਼ਿੰਦਗੀ ਵੀ ਖਤਮ ਹੋ ਚੁੱਕੀ ਹੈ, ਉਹ ਸਾਨੂੰ ਮਿਲੀ ਹੈ ਜੀ। ਇਸ ਮੌਕੇ 'ਤੇ ਕੇਸ ਹਾਜ਼ਰ ਕਰਿਆ ਕਰੀ 8:30 ਵਜੇ ਰਾਤ। ਕਿੰਨੇ ਗੁੱਟ ਨੇ ਜੀ? ਕੁੱਲ 110 ਗੁੱਟ ਰਾਤ ਮਿਲ ਗਏ ਜੀ, ਰਾਤ ਮਿਲੇ ਸਾਨੂੰ। ਉਸ ਤੋਂ ਇਲਾਵਾ ਅੱਜ ਵੀ ਇਹਦੇ ਨਾ ਮੁੱਖ ਖਾਸ ਇਤਰਾਹ ਤੁਹਾਨੂੰ ਪਤਾ ਲੱਗਿਆ ਵੀ ਇਹ ਵੀ ਕੌਣ ਬੱਚਾ ਬੰਦਾ ਜਿਹੜਾ ਭੱਜਣਾ ਰਾਤੀ ਗੁਰਸਿੰਘ ਦੇ। ਟੋਟਲ ਕਿੰਨੇ ਗੁੱਟ? ਟੋਟਲ ਅੱਜ ਦੁਬਾਰੇ ਬਰਾਮਦ ਕੀਤੇ ਨੇ 120 ਗੁੱਟ ਅੱਜ ਹੋ ਗਏ ਜੀ, 230 ਹੋ ਗਏ ਟੋਟਲ ਜੀ। ਅੱਛਾ, ਕਿੰਨੇ ਦੇ ਇਹ ਲਿਆ ਕੇ ਤੁਸੀਂ ਦੱਸਿਆ ਜੀ ਵੀ ਕਿੰਨੇ? ਇਹ ਜੀ 200 ਰੁਪਏ ਦਾ ਲਿਆ ਕੇ, 500 ਦਾ ਮੱਲਿਆ ਵੇਚਦਾ ਇਹ। ਅਤੇ ਕਿਹੜੀ ਧਾਰਾ ਦੇ ਤੌਰ 'ਤੇ ਦਰਜ ਕੀਤੀ? ਹਾਂਜੀ, ਇਹ ਮੁਕੱਦਮਾ ਨੰਬਰ 6 ਨੰਬਰ ਜੀ, ਮਿਤੀ ਕੱਲ੍ਹ ਦੀ ਹੋ ਗਈ, ਅਤੇ ਅੰਡਰ 188 IPC ਅੱਗੇ ਉਹ ਤਫਤੀਸ਼ ਕਰੋਗੇ ਵੀ ਕਿੱਥੋਂ ਲੈ ਕੇ? ਉਹ ਹੱਥ ਵੀ ਜਾ ਰਹੀ ਹੈ ਜੀ, ਜਦੋਂ ਵੀ ਆਣ ਕੇ ਅੱਗੇ ਵੀ ਜਿੱਥੋਂ ਵੀ ਲੈ ਕੇ ਆ ਰਿਹਾ ਉਹਨੂੰ ਵੀ ਇਨਵੋਲਵ ਕਰਾਂਗੇ ਉਹਦੇ ਵਿੱਚ, ਕਿੱਥੋਂ ਲੈ ਕੇ ਆਇਆ ਇਹ, ਉਹ ਚਾਰਜੀ ਹੱਥ ਦੀ ਚਾਰਜੀ ਹੈ ਜੀ। ਕੀ ਨਾਮ ਹੈ ਜੀ, ਕਿੱਥੋਂ ਦਾ ਰਹਿਣ ਵਾਲਾ ਜੀ? ਇਹਦਾ ਨਾਮ ਹੈ ਮੁੰਡੇ ਦਾ ਜਗੇਸ਼ ਕੁਮਾਰ ਜੀ, ਪੁੱਤਰ ਸੁਰਿੰਦਰ ਕੁਮਾਰ ਜੀ, ਵਾਸੀ ਸਕੀਲ ਕਲੋਨੀ ਰੇਵੇ ਡਾਂਡ ਨੇੜੇ ਸੰਗਰੂਰ।